ਅੱਗੇ ਵਧਿਆ ਜਾ ਰਿਹਾ ਲੜਕੀਆਂ ਨੇ ਜਿਹੜੀਆਂ ਉਹ ਹੌਸਲ ਦੀ ਗੱਲ ਦੱਬ ਕੇ ਆਈਆਂ ਨੇ ਕਿਉਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਲੜਕੇ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲੜਕੀਆਂ ਜਿਹੜੀਆਂ ਨੇ ਕੰਧਾਂ ਡੱਪ ਕੇ ਹੌਸਲ ਤੋਂ ਬਾਹਰ ਆ ਰਹੀਆਂ ਨੇ ਤਾਂ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ ਗੇਟ ਖੋਲਣ ਦੀ ਮੰਗ ਕੀਤੀ ਅੱਗੇ ਵਧਿਆ ਜਾ ਰਿਹਾ ਲੜਕੀਆਂ ਨੇ ਜਿਹੜੀਆਂ ਉਹ ਹੌਸਲ ਦੀ ਕੰਧ ਟੱਪ ਕੇ ਆਈਆਂ ਨੇ ਕਿਉਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਲੜਕੇ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੜਕੀਆਂ ਜਿਹੜੀਆਂ ਨੇ ਕੰਧਾਂ ਟੱਪ ਕੇ ਹੌਸਲ ਤੋਂ ਬਾਹਰ ਆ ਰਹੀਆਂ ਨੇ ਤਾਂ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ ਗੇਟ ਖੋਲਣ ਦੀ ਮੰਗ ਕੀਤੀ ਜਾ ਰਹੀ ਆ ਅੱਗੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਇੱਕ ਪਾਸੇ ਗੇਟ ਬੰਦ ਕੀਤਾ ਹੋਇਆ ਦੇਖ ਕਿੰਨੇ ਕਿਤੇ ਵਿਦਿਆਰਥੀ ਨੇ ਜਿਹੜੇ ਡਿਸਿਪਲਿਨ ਰੱਖਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਤਾਂ ਸਿਰਫ ਵੱਡੀ ਗਿਣਤੀ ਦੇ ਵਿੱਚ ਹੁਣ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ ਅੱਗੇ ਵਧਿਆ ਜਾ ਰਿਹਾ ਲੜਕੀਆਂ ਨੇ ਜਿਹੜੀਆਂ ਉਹ ਹੌਸਲ ਦੀ ਕੰਧ ਟੱਪ ਕੇ ਆਈਆਂ ਨੇ ਕਿਉਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਲੜਕੇ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੜਕੀਆਂ ਜਿਹੜੀਆਂ ਨੇ ਕੰਧਾਂ ਟੱਪ ਕੇ ਹੌਸਲ ਤੋਂ ਬਾਹਰ ਆ ਰਹੀਆਂ ਨੇ ਤਾਂ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ ਅੱਗੇ ਵਧਿਆ ਜਾ ਰਿਹਾ ਲੜਕੀਆਂ ਨੇ ਜਿਹੜੀਆਂ ਉਹ ਹੌਸਲ ਦੀ ਕੰਧ ਟੱਪ ਕੇ ਆਈਆਂ ਨੇ ਕਿਉਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਲੜਕੇ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੜਕੀਆਂ ਜਿਹੜੀਆਂ ਨੇ ਕੰਧਾਂ ਟੱਪ ਕੇ ਹੌਸਲ ਤੋਂ ਬਾਹਰ ਆ ਰਹੀਆਂ ਨੇ ਤਾਂ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ ਗੇਟ ਖੋਲਣ ਦੀ ਮੰਗ ਕੀਤੀ ਜਾ ਰਹੀ ਆ ਅੱਗੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਇੱਕ ਪਾਸੇ ਗੇਟ ਬੰਦ ਕੀਤਾ ਹੋਇਆ ਦੇਖ ਕਿੰਨੇ ਕਿਤੇ ਵਿਦਿਆਰਥੀ ਨੇ ਜਿਹੜੇ ਡਿਸਿਪਲਿਨ ਰੱਖਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਤਾਂ ਸਿਰਫ ਵੱਡੀ ਗਿਣਤੀ ਦੇ ਵਿੱਚ ਹੁਣ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ ਅੱਗੇ ਵਧਿਆ ਜਾ ਰਿਹਾ ਲੜਕੀਆਂ ਨੇ ਜਿਹੜੀਆਂ ਉਹ ਹੌਸਲ ਦੀ ਕੰਧ ਟੱਪ ਕੇ ਆਈਆਂ ਨੇ ਕਿਉਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਲੜਕੇ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੜਕੀਆਂ ਜਿਹੜੀਆਂ ਨੇ ਕੰਧਾਂ ਟੱਪ ਕੇ ਹੌਸਲ ਤੋਂ ਬਾਹਰ ਆ ਰਹੀਆਂ ਨੇ ਤਾਂ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ देश दुनिया दी हर वड्डी खबर नाल जुड़े रहने लई साडे यूट्यूब चैनल नू सब्सक्राइब करो नाल दी नाल हर नवी वीडियो दी नोटिफिकेशन लई बेल आइकन जरूर दबाओ जेकर तुसी ये वीडियो फेसबुक ते देख रहे हो तो इसनू लाइक जरूर करो और ज्यादा तो ज्यादा शेयर भी करो धन्यवाद